ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬਕ੍ਰਿਸ਼ਨ YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਸ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਹਾਂ ਲੇਡੀਜ਼ ਕਾਰਡੀਗਨ ਬੱਚਿਆਂ ਦੀ ਕੋਟੀਆਂ ਸਵੈਟਰ ਜੈਂਟਸ ਸਵੈਟਰ ਕੈਪ ਬਲਾউজ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚ ਇਸ ਡਿਜ਼ਾਈਨ ਨੂੰ ਪਾਵਾਂਗੇ ਆਪਾਂ ਬਹੁਤ ਹੀ ਸੋਹਣਾ ਲੱਗਦਾ ਹੈ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਉਲਟੇ ਪਾਸੇ ਤੋਂ ਆਪਣਾ ਜਿਹੜਾ ਡਿਜ਼ਾਈਨ ਇਸ ਤਰ੍ਹਾਂ ਦਿਸਦਾ ਹੈ 10 ਸਲਾਈਆਂ ਦਾ ਆਪਣਾ ਡਿਜ਼ਾਈਨ ਹੈ। ਮੈਂ ਇਸ ਡਿਜ਼ਾਈਨ ਨੂੰ ਵਰਧਮਾਨ ਦੀ 3 ਪਲਾਈ ਪਾਛਮ ਤੇ 10 ਨੰਬਰ ਸਲਾਈਆਂ ਤੇ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ। ਤੁਸੀਂ ਸਲਾਈਆਂ ਆਪਣੀ ਪਾਛਮ ਦੇ ਹਿਸਾਬ ਨਾਲ ਲੈ ਲੈਣੀਆਂ। ਤੇ ਜਿਹੜੇ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ ਕੁੰਡੇ ਲੈਣੇ ਆ। 7 ਦੇ ਮਲਟੀ ਪਾਲ ਆਪਾਂ 2 ਕੁੰਡੇ ਵਾਧੂ ਲੈ ਲੈਣੇ ਆ। 7 7 7 ਇਸ ਤਰ੍ਹਾਂ ਲਾਸਟ ਤੇ ਆਪਾਂ 2 ਕੁੰਡੇ ਵਾਧੂ ਰੱਖ ਲੈਣੇ। ਮੇਰੇ ਕੋਲੇ 30 ਕੁੰਡੇ ਆ। ਦੋ ਵਾਰ ਮੈਥ ਡਿਜ਼ਾਈਨ ਰਿਪੀਟ ਕੀਤਾ ਹੈ 10 ਲਾਈਨਾਂ ਇਹ ਤੇ 10 ਸੀ ਦੋ ਵਾਰ ਡਿਜ਼ਾਈਨ ਆਪਣਾ ਇਥੇ ਰਿਪੀਟ ਹੋਇਆ ਤੇ ਹੁਣ ਮੈਂ 10 ਸਲਾਈਆਂ ਤੁਹਾਨੂੰ ਡਿਜ਼ਾਈਨ ਦੀਆਂ ਉੱਪਰ ਬਣਾ ਕੇ ਦਿਖਾਉਂਗੀ ਸਿੱਧੇ ਪਾਸੇ ਤੋਂ ਆਪਣਾ ਜਿਹੜਾ ਡਿਜ਼ਾਈਨ ਹੈ ਸ਼ੁਰੂ ਹੁੰਦਾ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਇੱਥੇ ਮੈਂ نیچے ਇਸ ਤਰ੍ਹਾਂ ਛੋਟਾ ਜਿਹਾ ਬਾਰਡਰ ਬਣਾਇਆ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਗਾ ਜਦੋਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰਨੀ ਹੈ ਇਸ ਤਰ੍ਹਾਂ ਕਰਦੀ ਹੈ ਇੱਕ ਕੁੰਡਾ ਪਹਿਲਾਂ ਆਪਾਂ ਤਾਰ ਲੈਣਾ ਕੰਨੀ ਵਾਲਾ ਇਹ ਬਾਧੂ ਕੁੰਡਾ ਆਪਣਾ ਇਸ ਤਰ੍ਹਾਂ ਅੱਗੇ ਆਪਣਾ 7 ਕੁੰਡਿਆਂ ਤੇ ਡਿਜ਼ਾਈਨ ਹੋਊਗਾ ਇਹਨਾਂ 7 ਕੁੰਡਿਆਂ ਤੇ 7 ਕੁੰਡਿਆਂ ਵਿੱਚੋਂ ਪਹਿਲਾਂ ਆਪਾਂ 2 ਕੁੰਡੇ ਬਣਾਵਾਂਗੇ ਉਲਟੇ 1 2 ਤਾਗਾ ਕੀਤਾ ਪਿੱਛੇ 3 ਕੁੰਡੇ ਬਣਾਵਾਂਗੇ ਆਪਾਂ ਸਿੱਧੇ 1 2 10 ਫਿਰ ਅੱਗੇ ਦੋ ਕੁੰਡੇ ਆਪਣੇ ਉਲਟੇ ਇਸ ਤਰ੍ਹਾਂ ਆਪਣੇ 7 ਕੁੰਡੇ ਹੋ ਗਏ ਇੱਕ ਕੁੰਡਾ ਪਹਿਲਾਂ ਪਾਤ ਆ ਰਿਹਾ ਫਿਰ ਦੋ ਉਲਟੇ ਤਿੰਨ ਸਿੱਧੇ ਦੋ ਉਲਟੇ ਇਹ ਹੀ 7 ਕੁੰਡੇ ਆਪਾਂ ਇਸ ਲਾਈਟ ਜਿਹੜੇ ਰਿਪੀਟ ਕਰਨੇ ਹੁਣ ਫਿਰ ਅੱਗੇ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਵਿੱਚ ਆਪਣੇ ਇਸ ਤਰ੍ਹਾਂ ਚਾਰ ਕੁੰਡੇ ਹੋ ਜਾਣਗੇ ਦੋ ਕੁੰਡੇ ਆਪਣੇ ਇਧਰਲੇ ਡਿਜ਼ਾਈਨ ਵਾਲੀ ਦੋ ਇਧਰ ਦੋ ਉਲਟੇ ਥ्रेड ਪਿੱਛੇ तिन सिद्धे एक दो तिन दो उलटे सात कुंडे हो होे उलटे तिन कुडे सिद्धे दो कुंडे उलटे सात कुंडे हो गए अपने फिर अगे असे तरां दो कुंडे उलटे ਤੈਂਨੇ ਕੁੰਡੇ ਆਪਣੇ ਸਿੱਧੇ 1 2 3 ਦੋ ਕੁੰਡੇ ਉਲਟੇ 7 ਕੁੰਡੇ ਹੋ ਗਏ ਆਪਣੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਕੰਨੀ ਵਾਲਾ ਇੱਕ ਸਲਾਈ ਆਪਣ ਡਿਜ਼ਾਈਨ ਦੀ ਕੰਪਲੀਟ ਹੋ ਗਈ ਤੇ ਹੁਣ ਆਪਾਂ ਦੂਸਰੀ ਸਲਾਈ ਤੇ ਉਲਟ ਪਾਸੇ ਤੇ ਦੂਸਰੀ ਸਲਾਈ ਉਲਟ ਪਾਸੇ ਤੋਂ ਆਪਾਂ ਇੱਕ ਕੁੰਡਾ ਪਹਿਲਾਂ ਇਸ ਤਰ੍ਹਾਂ ਤਾਰਾਂਗੇ ਥ्रेड ਕਰਾਂਗੇ ਪਿੱਛੇ ਫਿਰ ਸਾਰੀ ਸਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਆਪਣਾ ਇਹ ਉਲਟ ਪਾਸਾ ਸਲਾਈ ਆਪਾਂ ਸਾਰੀ ਸਿੱਧੀ ਬਣਾਉਣੀ ਹੈ ਇਸ ਤਰ੍ਹਾਂ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਜਿਹੜੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਇਸ ਤਰ੍ਹਾਂ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰੂੰਗੀ ਮੈਂ ਦੋ ਸਲਾਈਆਂ ਆਪਣੇ ਡਿਜ਼ਾਈਨ ਦੇ ਆ ਕੰਪਲੀਟ ਹੋ ਗਈਆਂ ਹੁਣ ਆਪਾਂ ਤੀਸਰੀ ਸਲਾਈ ਤੇ ਸਿੱਧੇ ਪਾਸੇ ਤੇ ਇੱਕ ਕੁੰਡਾ ਆਪਾਂ ਤਾਰ ਲੈਣਾ ਫਿਰ ਆਪਾਂ ਥ੍ਰੈਡ ਅੱਗੇ ਰੱਖਣਾ ਦੋ ਕੁੰਡੇ ਬਣਾਉਣੇ ਆ ਉਲਟੇ ਥ੍ਰੈਡ ਪਿੱਛੇ ਇੱਕ ਦੋ 10 ਕੁੰਡੇ ਸਿੱਧੇ ਦੋ ਕੁੰਡੇ ਉਲਟੇ ਪਹਿਲੀ ਸਲਾਈ ਦੀ ਤਰ੍ਹਾਂ ਆਪਾਂ ਸਾਰੀ ਸਲਾਈ ਇਹ ਬਣਾ ਕੇ ਕੰਪਲੀਟ ਕਰ ਲੈਣੀ ਹੈ ਫਾਸਟ ਰੋ ਦੀ ਤਰ੍ਹਾਂ ਦੋ ਉਲਟੇ ਤਿੰਨ ਸਿੱਧੇ ਦੋ ਉਲਟੇ ਇਸ ਤਰ੍ਹਾਂ ਇਹਨਾਂ ਸਲਾਈਆਂ ਆ ਕੰਪਲੀਟ ਕਰ ਲਈਆਂ ਆਪਾਂ ਹੁਣ ਚੌਥੀ ਸਲਾਈ ਤੇ ਉਲਟ ਪਾਸੇ ਤੇ ਚੌਥੀ ਸਲਾਈ ਆ ਆਪਾਂ ਇੱਕ ਕੋਣ ਦਾ ਜਿਹੜਾ اتار ਲੈਣਾ ਫਿਰ ਆਪਾਂ ਦੂਸਰੀ ਸਲਾਈ ਦੀ ਤਰ੍ਹਾਂ ਇਹ ਸਾਰੀ ਸਲਾਈ ਬਣਾ ਕੇ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਹੁਣ ਆਪਾਂ ਆਗੇ 5ਵੀਂ ਸਲਾਈ ਤੇ ਸਿੱਧੇ ਪਾਸੇ ਤੇ ਇੱਕ ਕੁੰਡਾ ਧਾਰ ਲਿਆ ਇਸ ਤਰ੍ਹਾਂ ਦੋ ਕੁੰਡੇ ਉਲਟੇ ਤਿੰਨ ਕੁੰਡੇ ਸਿੱਧੇ 7-7 ਕੁੰਡਿਆਂ ਦਾ ਆਪਣਾ ਡਿਜ਼ਾਈਨ ਦੋ ਕੁੰਡੇ ਉਲਟੇ ਪਹਿਲੀ ਸਲਾਈ ਦੀ ਤਰ੍ਹਾਂ ਫਾਸਟਰ ਉਹਦੀ ਤਰ੍ਹਾਂ ਆਪਾਂ ਇਹ ਸਾਰੀ ਸਲਾਈ ਬਣਾ ਲੈਣੀ ਦੋ ਉਲਟੇ ਤਿੰਨ ਸਿੱਧੇ ਦੋ ਉਲਟੇ ਇਸ ਤਰ੍ਹਾਂ ਪੰਜ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੇ ਹੁਣ ਆਪਾਂ ਉਲਟ ਪਾਸੇ ਤੇ ਛੇਵੀਂ ਸਲਾਈ ਤੇ ਛੇਵੀਂ ਸਲਾਈ ਤੇ ਆਪਾਂ ਇੱਕ ਕੁੰਡਾ اتار ਲੈਣ ਹੁਣ ਜਿਹੜਾ ਕੁੰਡਾ ਜਿਵੇਂ ਆਪਾਂ ਨੂੰ ਦਿਖਾਈ ਦਿੰਦਾ ਉਸੇ ਤਰ੍ਹਾਂ ਆਪਾਂ ਬਣਾਉਣਾ ਇਹ ਦੋ ਕੁੰਡੇ ਆਪਣੇ ਸਿੱਧੇ ਦੋ ਕੁੰਡੇ ਸਿੱਧੇ ਅੱਗੇ ਆਪਣੇ ਤਿੰਨ ਕੁੰਡੇ ਉਲਟੇ ਇੱਕ ਦੋ 10 ਅੱਗੇ ਆਪਣੇ ਵਿੱਚ ਇਸ ਤਰ੍ਹਾਂ ਚਾਰ ਕੁੰਡੇ ਸਿੱਧੇ ਆ ਰਹੇ 1 2 3 4 ਜਿਵੇਂ ਕੁੰਡੇ ਦਿਖਾਈ ਦਿੰਦੇ ਆਪਾਂ ਉਸੇ ਤਰ੍ਹਾਂ ਬਣਾਉਣੀ ਹੈ ਚਾਰ ਤਿੰਨ ਕੁੰਡੇ ਉਲਟ ਚਾਰ ਸਿੱਧੇ ਇਸ ਤਰ੍ਹਾਂ ਤਿੰਨ ਕੁੰਡੇ ਉਲਟ ਚਾਰ ਕੁੰਡੇ ਸਿੱਧੇ ਬਹੁਤ ਹੀ ਸੌਖਾ ਡਿਜ਼ਾਈਨ ਆ ਆਪਣਾ ਇਹ ਤੇ ਬਹੁਤ ਹੀ ਆਸਾਨੀ ਨਾਲ ਜਿਹੜਾ ਆਪਾਂ ਇਸ ਨੂੰ ਬਣਾ ਸਕਦੇ ਹਾਂ ਹੁਣ ਲਾਸਟ ਦੇ ਆਪਣੇ ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੰਨੀ ਵਾਲਾ ਆਪਾਂ ਕੁੰਡਾ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਹੁਣ ਛੇ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਹੁਣ ਆਪਾਂ ਸੱਤਵੀਂ ਸਲਾਈ ਤੇ ਸਿੱਧੇ ਪਾਸੇ ਤੇ ਸੱਤਵੀਂ ਸਲਾਈ ਆਪਾਂ ਇੱਕ ਕੁੰਡਾ ਪਹਿਲਾਂ ਉਤਾਰ ਲੈਣਾ ਇਸ ਤਰ੍ਹਾਂ ਕੰਨੀ ਵਾਲਾ ਫਿਰ ਇੱਕ ਕੁੰਡਾ ਆਪਾਂ ਬਣਾਉਣਾ ਉਲਟਾ ਹੁਣ ਆਪਾਂ ਥ੍ਰੈਡ ਕਰਨਾ ਹੈ ਪਿੱਛੇ ਇੱਕ ਆਪਣਾ ਇਹ ਉਲਟਾ ਕੁੰਡਾ ਇੱਕ ਸਿੱਧਾ ਦੋ ਦਾ ਇੱਕ ਕਰਾਂਗੇ ਅਗਲੀ ਸਾਈਡ ਤੋਂ ਇਸ ਤਰ੍ਹਾਂ ਦੋ ਕੁੰਡਾ ਲੈ ਕੇ ਕੀਤਾ ਥ੍ਰੈਡ ਕੀਤਾ ਅੱਗੇ ਜਾਲੀ ਬਣਾਈ ਆਪਾਂ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਕੀਤਾ ਜਾਲੀ ਬਣਾਈ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਆਪਾਂ ਬਣਾਵਾਂਗੇ ਇੱਕ ਕੁੰਡਾ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਆਪਣਾ ਉਲਟ ਸੱਤ ਕੁੰਡੇ ਹੋ ਗਏ ਆਪਣੀ ਇੱਕ ਕੁੰਡਾ ਪਹਿਲਾਂ ਉਤਾਰਿਆ ਆਪਾਂ ਫੇਰ ਸੱਤ ਕੁੰਡਿਆਂ ਤੇ ਡਿਜ਼ਾਈਨ ਬਣਾਇਆ ਇੱਕ ਕੁੰਡਾ ਉਲਟਾ ਦੋ ਦਾ ਇੱਕ ਅਗਲੀ ਸਾਈਡ ਤੋਂ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ਦੋ ਕੁੰਡਿਆਂ ਦਾ ਕੁੰਡਾ ਇੱਕ ਉਲਟਾ ਸੱਤ ਕੁੰਡੇ ਹੋ ਗਏ ਆਪਣੀ ਇਹੀ ਸੱਤ ਕੁੰਡੇ ਆਪਾਂ ਇਹ ਸਲਾਈ ਤੇ ਰਿਪੀਟ ਕਰਨੀ

ਕੁੰਡਾ ਪਾਲਟ ਕੇ ਪਿਛਲੀ ਸਾਈਡ ਤੋਂ ਬਣਾਇਆ ਦੋ ਕੁੰਡਾ ਲੈ ਕੁੰਡਾ ਲੈ ਕੁੰਡਾ ਉਲਟਾ ਸੱਤ ਕੁੰਡੇ ਆਪਣੀ ਹੋਗੇ ਥ੍ਰੈਡ ਕੀਤਾ ਪਿੱਛੇ ਲਾਸਟ ਵਾਲਾ ਕੰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ ਸੱਤ ਸਲਾਈਆਂ ਆਪਾਂ ਡਿਜ਼ਾਈਨ ਦੇ ਕੰਪਲੀਟ ਕਰ ਲਿਆ ਹੁਣ ਆਪਾਂ 8ਵੀਂ ਸਲਾਈ ਤੇ ਉਲਟ ਪਾਸੇ ਤੇ ਇੱਕ ਇੱਕ ਕੁੰਡਾ ਆਪਾਂ ਤਾਰ ਲਿਆ ਹੁਣ ਜਿਹੜਾ ਕੁੰਡਾ ਆਪਣਾ ਇਹ ਸਿੱਧਾ ਹੈ

ਇੱਕ ਕੁੰਡਾ ਸਿੱਧਾ ਵੇਚ ਆਪਣੇ ਦੋ ਕੁੰਡੇ ਜਿਹੜੇ ਉਧਰ ਉਲਟੇ ਇੱਧਰ ਦੋ ਸਿੱਧੇ ਆ ਜਾਂਦੇ। ਥ੍ਰੈਡ ਅੱਗੇ ਪੰਜ ਕੁੰਡੇ ਉਲਟੇ 2 3 4 5 ਵਿੱਚ ਜਿਹੜੇ ਆਪਣੇ ਦੋ ਕੁੰਡੇ ਸਿੱਧੇ ਥ੍ਰੈਡ ਅੱਗੇ ਪੰਜ ਕੁੰਡੇ ਉਲਟੇ 1 2 3 4 5 ਦੋ ਕੁੰਡੇ ਸਿੱਧੇ 1 2 10 4 5 ਕੁੰਡੇ ਉਲਟੀ ਇਹ ਕੁੰਡਾ ਸਿੱਧਾ ਕਰਨੀ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ 8 ਸਲਾਈਆਂ ਹੁਣ ਆਪਾਂ ਡਿਜ਼ਾਈਨ ਦੇ ਆ ਕੰਪਲੀਟ ਕਰ ਲਈਆਂ ਹੁਣ ਆਪਾਂ ਨੌਵੀਂ ਸਲਾਈ ਬਣਾਉਣੀ ਹੈ ਸਿੱਧੇ ਪਾਸੇ ਤੋਂ ਨੌਵੀਂ ਸਲਾਈ ਹੁਣ ਆਪਣੀ ਇਹ ਕੁੰਡਾ ਪਹਿਲਾਂ ਆਪਾਂ ਤਾਰ ਲੈਣਾ ਇਸ ਥ੍ਰੈਡ ਕਰਨਾ ਆਪਾਂ ਪਿੱਛੇ ਹੁਣ ਇੱਕ ਇਹ ਉਲਟਾ ਐਕਸਿੱਦਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਆਪਾਂ ਅਗਲੀ ਸਾਈਡ ਤੇ ਇਸ ਤਰ੍ਹਾਂ ਥ੍ਰੈਡ ਕੀਤਾ ਅੱਗੇ ਹੁਣ ਵਿੱਚ ਵਾਲੇ ਤਿੰਨ ਕੁੰਡੇ ਆਪਣੇ ਸਿੱਧੇ ਇੱਕ ਦੋ ਤਿੰਨ ਥ੍ਰੈਡ ਕੀਤਾ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਬਣਾਇਆ ਕੁੰਡਾ ਸੱਤ ਕੁੰਡੇ ਹੋ ਗਏ ਆਪਣੇ ਇਹ ਦੋ ਚਾਰ ਛੇ ਸ ਇਹੀ ਡਿਜ਼ਾਈਨ ਆਪਾਂ 7-7 ਕੁੰਡਿਆਂ ਦਾ ਬਣਾਉਣਾ ਐ ਸਲਾਈ ਤੇ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਬਣਾਵਾਂਗੇ ਪਹਿਲਾਂ ਆਪਾਂ ਇੱਕ ਕੁੰਡਾ ਥ੍ਰੈਡ ਲੱਗੇ ਇਹ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਥ੍ਰੈਡ ਲੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੇ ਬਣਾਇਆ ਦੋ ਕੁੰਡਿਆਂ ਦਾ ਇੱਕ ਕੁੰਡਾ ਇਸ ਤਰ੍ਹਾਂ ਫੇਰ ਦੋ ਕੁੰਡੇ ਆਪਣੇ ਆਗੇ రెడ్డి ਪਿੱਛੇ ਕਰਨਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਇਆ ਅਗਲੀ ਸਾਈਡ ਤੋਂ ਥ੍ਰੈੱਡ ਅੱਗੇ ਇੱਕ ਦੋ ਤਿੰਨ ਕੁੰਡੇ ਸਿੱਧੇ ਥ੍ਰੈੱਡ ਅੱਗੇ ਕੁੰਡਾ ਪਲਟ ਲੈਣਾ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਇਆ ਫਿਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਬਣਾਇਆ ਆਪਾਂ ਇੱਕ ਕੁੰਡਾ ਅਗਲੀ ਸਾਈਡ ਤੋਂ ਥ੍ਰੈੱਡ ਅੱਗੇ ਇੱਕ ਦੋ ਇਹਨਾਂ ਕੁੰਡੇ ਸਿੱਧੇ ਥ੍ਰੈਡ ਅੱਗੇ ਕੁੰਡਾ ਪਲਟ ਕੇ ਪਿਛਲੀ ਸਾਈਡ ਤੋਂ ਬਣਾਇਆ ਦੋ ਕੁੰਡਿਆਂ ਦਾ ਇੱਕ ਕੁੰਡਾ ਲਾਸਟ ਵਾਲਾ ਕੁੰਡਾ ਸਿੱਧਾ ਅਸਤਰ ਆਠ ਸਲਾਈਆਂ ਆ ਆਪਣੇ ਡਿਜ਼ਾਈਨ ਦੀਆਂ ਹੁਣ ਕੰਪਲੀਟ ਹੋ ਗਈਆਂ ਹੁਣ ਆਪਾਂ ਨੌਵੀਂ ਸਲਾਈ ਬਣਾਉਣੀ ਉਲਟ ਪਾਸੇ ਤੋਂ ਸੌਰੀ ਨੌ ਸਲਾਈਆਂ ਹੋ ਗਈਆਂ ਆਪਣੀਆਂ ਇਹ 10ਵੀਂ ਸਲਾਈ ਬਣਾਉਣੀ ਉਲਟ ਪਾਸੇ ਤੋਂ ਇੱਕ ਕੁੰਡਾ ਜਿਹੜਾ ਆਪਾਂ ਤਾਰ ਲੈਣਾ ਇਸ ਤਰ੍ਹਾਂ ਥ੍ਰੈਡ ਕਰਨਾ ਹੈ ਪਿੱਛੇ ਹੁਣ ਜਿਹੜੀ 10ਵੀਂ ਸਲਾਈ ਹੈ ਆਪਣੀ 10ਵੀਂ ਤੇ ਲਾਸਟ ਸਲਾਈ ਹੈ ਆਪਣੇ ਡਿਜ਼ਾਈਨ ਦੀ ਇਹ ਸਾਰੀ ਆਪਾਂ ਸਿੱਧੀ ਬਣਾ ਕੇ ਜਿੰਨੇ ਵੀ ਕੁੰਡੇ ਆਪਣੇ ਕੋਲ ਹੋਣਗੇ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਇਹੀ ਆਪਾਂ 10 ਸਲਾਈਆਂ बार-बार ਆਪਣੇ ਡਿਜ਼ਾਈਨ ਦੀਆਂ ਰਿਪੀਟ ਕਰਦੇ ਜਾਣਾ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਇਸੇ ਤਰ੍ਹਾਂ ਮੈਂ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਹੈ। ਲਓ ਜੀ 10 ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ। ਇਹੀ 10 ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ। ਜਦੋਂ ਹੁਣ ਆਪਾਂ ਡਿਜ਼ਾਈਨ ਆਪਣਾ ਦੁਬਾਰਾ ਸਟਾਰਟ ਕਰਨਾ ਪਹਿਲੀ ਸਲਾਈ ਤੋਂ ਉਸੇ ਤਰ੍ਹਾਂ ਇੱਕ ਗੁੰਡਾ ਤਾਰ ਕੀ ਦੋ ਉਲਟੇ ਤਿੰਨ ਸਿੱਧੇ ਦੋ ਉਲਟੇ ਇਸ ਤਰ੍ਹਾਂ। ਤੁਹਾਨੂੰ ਇਹ ਡਿਜ਼ਾਈਨ ਜਿਹੜਾ ਕਿਸ ਤਰ੍ਹਾਂ ਦਾ ਲੱਗਿਆ? ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ? ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ। ਜੇ ਡਿਜ਼ਾਈਨ ਸੋਹਣਾ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ